ਅੱਛਾ ਹੁਣ ਮੈਂ ਤੁਹਾਨੂੰ ਜਲਦੀ ਜਲਦੀ ਸਰਾਇਕੀ ਦਸਾਂਦੀਆਂ ਝੇ ਸਾਰੀ ਸ਼ੈ ਮੈਂ ਕਿਵੇਂ ਬਣਾਈਏ ਤਾਂ ਸਭ ਤੋਂ ਪਹਿਲੇ ਜਰਾ ਇਹ ਤੁਸੀਂ ਕੋਈ ਵੀ ਬਰਤਨ ਜਾਂ ਪ੍ਰੈਸ਼ਰ ਕੁੱਕਰ ਹੈ ਤਾਂ ਉਸ ਦੇ ਵਿੱਚ 1 ਤੋਂ 1.5 ਕੱਪ ਤੇਲ ਜਾਂ ਘੀਉ ਦਾ ਗਤੇ ਸੋਚਾ ਤੇ ਉਸ ਦੇ ਵਿੱਚ ਜਰਾ ਇਹ ਤਰਾਏ ਦਰਮਿਆਨੇ ਸਾਈਜ਼ ਦੇ ਨਿੱਕੇ ਵਸਲ ਕੱਟ ਕੇ ਇਹ ਵੀ ਨਾਲ ਗਤੇ ਸੋਚਾ ਨਿਊਜ਼ਰਾ ਵਸਲ ਰੱਤੇ ਥੀਵੇਂ ਦਬਸ ਉਸਦੇ ਦੇਸੀ ਕੁੱਕੜ ਗਤੇ ਸੋ ਜਾ 1 ਕਿਲੋ ਸਹੀ ਸਾਫ ਸੁਥਰਾ ਉਹਨਾਂ ਕਰਕੇ ਧੋਸ਼ੋ ਕੇ ਨਾਲ ਇਸਦੇ ਵੀ ਥੋੜਾ ਜਿਹਾ ਲੂਣ ਵੀ ਗਤੇ ਸੋ ਚਾ ਦੇ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਇੰਦੀ ਭੁਨਾਈ ਥੀਵੰਡੇ ਸੋ ਜੇ ਲੈ ਜ਼ਰਾ ਭੁਨੀਚ ਵੈਸੀ ਤਾਂ ਵਾਥੀ ਇਸਦੇ ਵਿੱਚ 1 ਚਮਚ ਤੁਸਾਂ ਅਦਰਕ ਤੇ ਥੂਮ ਨਿੱਕੇ ਕੁੱਟੇ ਹੋਏ ਉਹ ਗਤੇ ਸੋ ਜਾ ਲਾਜ਼ਾ ਇਹਨੂੰ ਬੀਆ ਵੀ ਭੁਨੀ ਚੰਡੇ ਸੂ ਮੱਠੀ ਮੱਠੀ ਦਰਮਿਆਨੀ ਬਾਹਤ ਤੇ ਉਸ ਤੋਂ ਬਾਅਦ ਇਹਦੇ ਵਿੱਚ 1 ਨਿੱਕੀ ਚਮਚੇ ਤੁਸਾਂ ਹਲਦਰ ਦੀ ਘਤਣੀ ਐ ਚਾ ਇਸ ਵਾਰ ਅਗਲੀ ਗੱਲ ਆ ਲੈ ਕਰੀ ਸੋ ਵਿੱਚ ਦੋ ਚ ਇੱਕ ਤੋਂ ਡੇਢ ਗਲਾਸ ਪਾਣੀ ਲਗਾ ਤੇ ਸੋ ਚਾ ਅੱਛਾ ਸਾਰਾ ਜੇ ਰਹੇ ਇਸ ਨੂੰ ਇਥਾਈ ਹੱਕੇ ਦਫਾ ਨਹੀਂ ਗਾਲਣਾ ਬਲਕਿ ਅੱਧਾ ਜ਼ਰਾ ਇਥਾ ਗਾਲ ਵੈਸੀ ਪਹਿਲੇ ਤਵੀਆਂ ਵਾਲਾ ਜੇ ਲ ਟਮਾਟਰ ਗਤੇ ਸੋ ਦਾ ਜ਼ਰਾ ਬੁਨਾਈ ਕਰੀ ਸੋ ਦਸਲੇ ਵਾਲਾ ਇਹਨੂੰ ਗਾਲਣਾ ਤੇ ਇਸ ਵਜ੍ਹਾ ਤੁਝ ਰਹੇ ਇਸ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਬਸ ਘਾਤ ਕੇ ਤੇ ਉਤੋਂ ਅਗਰ ਢੱਕਣ ਦੇਂਦੇ ਹੋ ਪ੍ਰੈਸ਼ਰ ਕੁੱਕਰ ਦੇ ਜਾਂ ਜੇਸ਼ੇ ਵੀ ਤੇ ਤੁਸੀਂ ਜ਼ਰਾ ਢੱਕਣ ਦੇ ਕੇ ਤੇ ਮਿੱਠੀ ਬਾਤ ਹੈ ਤੁਸੀਂ ਇਹਨੂੰ ਥੋੜੀ ਦਮ ਪਕਣ ਦੇਣਾ ਲਾਜ਼ਾ ਗੁਜ਼ਰਨ ਤੋਂ ਬਾਅਦ ਜੇ ਰਹਿ ਤਸਾਂ ਜ਼ਰਾ ਇੱਕ ਬੋਟੀ ਚਾਹ ਘਣਣੀ ਵਿੱਚ ਉਹ ਤੇ ਬੋਟੀ ਚਾਹ ਕੇ ਜ਼ਰਾ ਉਹਨੂੰ ਦੇਖਣਾ ਭਾਨ ਕੇ ਭਈ ਦੇਖਾ ਕਿਤਨੀ ਗੱਲੀ ਖੜੀ ਹੈ ਤੇ ਅਗਰ तकरीबन ਉਹ ਗੱਲੀ ਖੜੀ ਹੋਸੀ ਅੱਧੀ ਜ਼ਹਿਰੀ ਗੱਲ ਹੈ ਤੇ ਵਾਤ ਉਸ ਵਿੱਚ ਡੂ ਨਿੱਕੇ ਇਹ ਰਹਿੰਨ ਕੱਟੇ ਹੋਏ ਦਰਮਿਆਨ ਸੈਸ ਦੇ ਟਮਾਟਰ ਘਤੇ ਸੁਝੇ ਟਮਾਟਰ ਘਦਣ ਤੋਂ ਬਾਅਦ ਥੋੜਾ ਜਿਹਾ ਜਰਹਿਨ ਉਹ ਕ ਮੱਠੇ ਸੇਕ ਤੇ ਨਹੀਂ ਪਕਾਉਣਾ ਜ਼ਰਾ ਚੰਗਾ ਸੇਕ ਹੋਵੇ ਜੋ ਇੰਦੀ ਭੁਨਾਈ ਵੀ ਚੰਗੀ ਥੀ ਸੰਗੇ ਤੇ ਜਿਹੜੀ ਇਹਨਾਂ ਵਿੱਚ ਗੋਸ਼ਤ ਹੈ ਹਰ ਸ਼ੇਨ ਵਸਲ ਟਮਾਟਰੇ ਚੰਗੇ ਗਲ ਵੰਜਨ ਜੋੜ ਕੇ ਕੁਝ ਟਾਈਮ ਗੁਜ਼ਰਨ ਤੋਂ ਬਾਅਦ ਇਹਨਾਂ ਵਿੱਚ ਇੱਕ ਸਾਬਿਤ ਸਾਵੀ ਮਰਚਾ ਆ ਕੇ ਘਤੇ ਸੁਝਾ ਪਾਣੀ ਘਦਣੇ ਪਾਣੀ ਦਾ ਹਿਸਾਬੇ ਹੈ ਭਈ ਕੁਝ ਲੋਕ ਜਰਹਿਨ ਉਹ ਇਸ ਦੇਸੀ ਮੁਰਗੀ ਦੇਸੀ ਕੁੱਕੜੀ ਨੂੰ ਜਰਹੇ ਉਹ ਬਿਲਕੁਲ ਸੁਡਾ ਹੋਇਆ ਬੜਾ ਇੰਨ ਚਾਹਤ ਉਹਨਾਂ ਨੂੰ ਹੀ ਪਸੰਦ ਆਉਂਦਾ ਹੈ ਅਗਰ ਉਹਨਾਂ ਜੇ ਤਾਂ ਉਹ ਬਣਾਉਂ ਚਾਹਤੋ ਸਾਂ ਲੇਕਿਨ ਜਿਹੜੀ ਚੀਜ਼ ਮੈਂ ਬਣਾ ਸੈਂਦੀ ਪਈ ਹੋਏ ਇਹ ਭਈ ਥੋੜਾ ਯਖਨੀ ਆਂਗੋ ਜਿਵੇਂ ਇਥਾ ਸਾਰੇ ਇਲਾਕੇ ਦੇ ਵਿੱਚ ਇਹ ਬਸੋਬਤ ਜਿਹੜੀ ਹੁੰਦੀ ਹੈ ਠੀਕ ਹੈ ਯਾਰ ਸ਼ੋਰਬਾ ਜੀ ਆਉਂਦਾ ਹੈ ਮੁਰਗੀ ਦਾ ਤੇ ਕੁਕੜੀ ਦਾ ਤੇ ਉਸ ਤੇ ਵੀ ਜਿਹੜੇ ਵਾ ਤੇ ਰੋਟੀ ਛੋਟੀ ਭਨ ਕੇ ਗਰਮ ਤੇ ਵਿੱਚ ਘਾਤ ਕੇ ਧਰ ਚੀਜ਼ ਉਹਨ ਬਣਾ ਕੇ ਖਾਂਦਾ ਹੈ ਤਾਂ ਅਗਰ ਉਂਝ ਕਰਨੀ ਹੈ ਜਾਂ ਥੋੜੀ ਯਖਨੀ ਆਂਗੋ ਰੱਖਣਾ ਹੈ ਤਾਂ ਵਾ ਤੇ ਵਿੱਚ ਦੂ ਤੂ ਅਗਰ ਨਾਰਮਲ ਦਰਮਿਆਨਾ ਸ਼ੋਰਬਾ ਰੱਖਣਾ ਹੈ ਤਾਂ ਦੂ ਗਲਾਸ ਲੇਕਿਨ ਅਗਰ ਤੁਸੀਂ ਜ਼ਿਆਦਾ ਸ਼ੋਰਬਾ ਰੱਖਣਾ ਚਾਹਦੇ ਹੋ ਤਾਂ ਵਾ ਜਿਹੜਾ ਇਤਰਾਏ ਤੋ ਚਾਰ ਖੋਲਾ ਠੀਕ ਹੈ ਤੁਸੀਂ ਇਸ ਵਿੱਚ ਪਾਣੀ ਘੱਟ ਤੇ ਇਹਨੂੰ ਮਠਮਠ ਸੇਕ ਤੋਂ ਪਹਿਲੇ ਜ਼ਰਾ ਬੋਇਲ ਥੀਂ ਓਂਡੇ ਸੋ ਉਬਲਣ ਡੇ ਸੋ ਜੇ ਲੇ ਉਬਾਲ ਆ ਵੈਸੀ ਤਾਂ ਅੱਛਾ ਜੀ ਜਦੋਂ ਤੇ ਢੱਕਣ ਛੱਕਣ ਕੋ ਨਹੀਂ ਦੇਵਣਾ ਹੋਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਵਾਤੇ ਹੌਲੇ ਲਥੀਕ ਤੁਹਾਡੀ ਇਹ ਚੀਜ਼ ਵਾਤ ਤੁਸੀਂ ਆਪ ਅਖੀਰ ਤੱਕ ਵੀ ਦੇਖਣਾ ਹੈ ਕਿ ਦੇਖਾ ਕਿਤਨਾ ਪਾਣੀ ਸੁੱਕ ਗਿਆ ਦੇ ਕਿਤਨਾ ਰਹਾ ਅਸਾਂ ਪਿਛਾ ਅੰਗੇ ਰਹਿ ਬਚਾਉਣਾ ਤੇ ਉਸ ਹਿਸਾਬ ਨਾਲ ਵਸ ਵਾ ਤੁਸੀਂ ਇਹਨੂੰ ਪਕਾਉਣਾ ਹੈ ਜੀ ਜੱਲੇ ਪਾਣੀ ਲਾਉਣੇ ਤੇ ਇਸ ਦੇ ਵਿੱਚ ਰਹੇ ਦੁੱਧ ਉਤਰਾ ਹੈ ਸਾਵੀਆਂ ਮਰਚਾਂ ਨਹੀਂ ਕਿਆਂ ਕਟੀਆਂ ਹੋਈ ਉਹ ਗੱਤੇ ਸੁਝਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚਮਚ ਜਿਹੜੀਆਂ ਸੁੱਕੀਆਂ ਧਾਣੀਆਂ ਹੁੰਦੀਆਂ ਪੀਠੀਆਂ ਹੋਈ ਉਹ ਗੱਤੇ ਸੁਝਾ ਤੇ ਨਾਲ ਹੀ ਤੁਸੀਂ ਜਿਹੜੇ ਰਹੇ ਇੱਕ ਨਿੱਕੀ ਚਮਚੀ ਕੁੱਟੀ ਹੋਈ ਜਿਹੜੀ ਕਾਲੀ ਮਰਚੇ ਉਹ ਗੱਤੇ ਸੁਝਾ ਤੇ ਉਹ ਤੁਸੀਂ ਜਿਹੜੇ ਰਹੇ ਅੱਛਾ ਕਾਲੀ ਮਰਚ ਤਾਂ ਥੋੜਾ ਮੈਂ ਤੁਹਾਨੂੰ ਦੱਸਾਂ ਚਾ ਭਈ ਅਗਰ ਇਹ ਯਖਣੀ ਆਂਗੂ ਸੋਬਤ ਆਂਗੂ ਕਰਕੇ ਬਣਾਉਣੀ ਹੈ ਚੀਜ਼ ਤਾਂ ਵਾਤ ਤੁਸੀਂ ਇਸ ਦੇ ਵਿੱਚ ਕਾਲੀ ਮਰਚ ਗੱਤੇ ਸੁ ਠੀਕ ਹੈ ਅਸਾਂ ਵੀ ਦੀਏ ਘਰ ਬਣਾਉਣੇ ਹੋਈਆਂ ਕੱਪੜੇ ਨੇ ਲੇਕਿਨ ਅਗਰ ਤੁਸੀਂ ਥੋੜਾ ਮਤਲਬ ਜਿਵੇਂ ਮਸਾਲਾ ਦੇ ਉਹ ਥੋੜਾ ਛੋੜਿਆ ਹੋਇਆ ਬਣਾਉਣੇ ਤਾਂ ਵਾਤ ਤੁਸੀਂ ਆਮ ਜੀ ਮਸਾਲਾ ਨਾ ਹੁੰਦੀਏ ਤਾਂ ਵਾਤ ਤੁਸੀਂ ਬੇਸ਼ੱਕ ਜੇ ਲੈ ਟਮਾਟਰ ਘਟਣੇ ਤਾਂ ਉਸ ਲਈ ਤੁਸੀਂ ਨਾਲ ਇਸ ਦੇ ਵਿੱਚ ਇੱਕ ਚਮਚ ਜਿੰਨੀ ਤੁਹਾਰੇ ਆਪਣਾ ਪਸੰਦ ਦੇ ਉਸ ਦੇ ਮੁਤਾਬਕ ਤੁਸੀਂ ਇਸ ਦੇ ਵਿੱਚ ਰਤੀਆਂ ਮਿਰਚਾਂ ਪੀਠੀਆਂ ਹੋਈਆਂ ਉਹ ਘਟਣੀਆਂ ਚ ਮਜੂਨ ਭਾਜੀ ਤਿਆਰ تھی ਵੇ ਤਾਂ ਇਸ ਦੇ ਵਿੱਚ ਨਾ ਹੋਣ ਜੀ ਆ ਪੀਠਾ ਹੋ ਗਰਮ ਮਸਾਲਾ ਗਾ ਤੇ ਸੁਚਾ ਤੇ ਗਰਮ ਗਰਮ ਇਹਨੂੰ ਤੁਸੀਂ ਖਾਓ ਵਿੱਚ ਰੋਟੀ ਘੱਤ ਕੇ ਉੱਤੇ ਬੋਟੀ ਛੋਟੀਆਂ ਰੱਖ ਕੇ ਤੇ ਮੈਨੂੰ ਆਪਣੀ ਦੁਆਵਾਂ ਵਿੱਚ ਜ਼ਰੂਰ ਯਾਦ ਰੱਖਾ ਕਰੋ